ਅਪਸਵ ਦਾ ਸਵਾਗਤ ਹੈ ਜਮ ਸਟੱਡੀ ਚੈਨਲ ਤੇ ਅੱਜ ਆਪਾਂ ਪੰਜਾਬ ਦਾ ਇਤਿਹਾਸ ਆ ਜਿਹੜਾ ਉਹ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਦੋ ਭਾਗਾਂ ਦੇ ਵਿੱਚ ਕੀਤਾ ਜਾਵੇਗਾ ਪੰਜਾਬ ਦਾ ਇਤਿਹਾਸ ਅੱਜ ਪਾਰਟ 1 ਦੇ ਵਿੱਚ ਕਰਾਇਆ ਜਾਵੇਗਾ ਜੋ ਕੁਐਸਚਨ ਰਹਿ ਜਾਣਗੇ ਉਹ ਪਾਰਟ 2 ਦੇ ਵਿੱਚ ਆਉਣਗੇ ਤਾਂ ਜੋ ਤੁਹਾਡਾ ਸਿਲੇਬਸ ਆ ਜਲਦੀ ਤੋਂ ਜਲਦੀ ਕੰਪਲੀਟ ਹੋ ਸਕੇ ਇਹ ਹੀ ਕੋਸ਼ਿਸ਼ ਹੈ ਸਾਡੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਦੇਖਣਾ ਤੇ ਆਪਣੇ ਜੋ ਕੁਐਸਚਨ ਆ ਉਹਨਾਂ ਨੂੰ ਨੋਟ ਕਰਦੇ ਜਾਣਾ ਤਾਂ ਜੋ ਤੁਹਾਡੀ ਜਿਹੜੀ ਰਿਵੀਜ਼ਨ ਆ ਉਹ ਹੋ ਸਕੇ ਤੇ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਹਾਂਜੀ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਕਿਉਂਕਿ ਲੈਂਥੀ ਚਲੀ ਜਾਵੇਗੀ ਸੋ lettes start the class ਹਾਂਜੀ ਜੋ ਪੰਜਾਬ ਹੈ ਜਿਵੇਂ ਆਪਾਂ ਜਾਣਦੇ ਹਾਂ ਇਸ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਰਿਹਾ ਪੰਜਾਬ ਸ਼ਬਦ ਹੈ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਪੰਜ ਪਲੱਸ ਆਬ ਪਾਬ ਕੀ ਪੰਜ ਦਰਿਆਵਾਂ ਦਾ ਪਰਦੇਸ ਰਿਗਵੇਦਿਕ ਕਾਲ ਵਿੱਚ ਸप्त ਸਿੰਧੂ ਕਿਹਾ ਜਾਂਦਾ ਸੀ ਪੰਜਾਬ ਨੂੰ ਪ੍ਰਾਣ ਕਾਲ ਵਿੱਚ ਪੰਚਨਥ ਜੁਨਾਨੀਆਂ ਦੁਆਰਾ ਇਸ ਨੂੰ ਪੈਟਾ ਪਟਾਮੀਆਂ ਕਿਹਾ ਗਿਆ ਪੈਟਾ ਪਟਾਮੀਆਂ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਜੀ ਪੈਟਾ ਦਾ ਮਤਲਬ ਪੰਜ ਪਟਾਮੀਆਂ ਦਾ ਦਰਿਆ ਮੱਧਕਾਲ ਵਿੱਚ ਇਸ ਨੂੰ ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਬਜ਼ਾ ਦਾ ਸ਼ਾਸਨ ਆਪਾਂ ਕਹ ਲਈਏ ਪੰਜਾਬ ਉੱਪਰ ਹੋ ਗਿਆ ਸੀ ਨੈਕਸਟ ਜੀ ਅੰਗਰੇਜ਼ਾਂ ਦੁਆਰਾ ਇਸ ਨੂੰ ਕਿਹਾ ਗਿਆ ਪੰਜਾਬ ਪ੍ਰਾਂਤ ਜਿਹੜਾ ਪੰਜਾਬ ਸ਼ਬਦ ਹੈ ਉਹ ਅੰਗਰੇਜ਼ਾਂ ਨੇ ਇਸ ਨੂੰ ਦਿੱਤਾ ਸਿੰਧ ਸप्त ਸਿੰਧੂ ਇਸ ਨੂੰ ਕਿਉਂ ਕਿਹਾ ਜਾਂਦਾ ਸੀ ਰਗਵੇਦਿਕ ਕਾਲ ਵਿੱਚ ਜੀ ਕਿਉਂਕਿ ਉਸ ਸਮੇਂ ਸੱਤ ਦਰਿਆ ਵਗਦੇ ਸੀ ਸਿੰਧ ਜੇਲਮ ਚਨਾਬ ਰਾਵੀ ਬਿਆਸ ਸਤੁਰਦੀ ਸਤਲੋਜ ਪਾਪਕੇ ਸਰਸਵਤੀ ਤੇ ਇਹਨਾਂ ਦਰਿਆਵਾਂ ਨੂੰ ਵੱਖ-ਵੱਖ ਨਾਮਾਂ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ ਉਸ ਸਮੇਂ ਕਈ ਵਾਰ ਕੁਐਸਚਨ ਬੁੱਕ ਪੜ੍ਹ ਲੈਂਦੇ ਤਾਂ ਕਰਕੇ ਇੱਥੇ ਮੈਂਸ਼ਨ ਕੀਤਾ ਗਿਆ ਜੀ ਜਿਵੇਂ ਜੇਲਮ ਸੀ ਉਸ ਨੂੰ ਵਿਤਸਤਾ ਦੇ ਨਾਮ ਨਾਲ ਪੁਕਾਰਦੇ ਸੀ ਰਾਵੀ ਨੂੰ ਪੁਰਸ਼ਨੀ ਕਹਿ ਦਿੰਦੇ ਸੀ ਚਨਾਬ ਨੂੰ ਅਦਿਕਨੀ ਬਿਆਸ ਨੂੰ ਵਾਵੇ ਨਾਲ ਬਿਆਸ ਲਿਖ ਦਿੰਦੇ ਸੀ ਜੀ ਤੇ ਸਤਲੁਜ ਨੂੰ ਜੀਇ ਸਤੁਰਦੀ ਕਹਿੰਦੇ ਸੀ ਇਸ ਤੋਂ ਇਲਾਵਾ ਇਸ ਦਾ ਨਾਮ ਟੱਕ ਦੇਸ਼ ਵੀ ਪਿਆ ਪੰਜਾਬ ਦਾ ਨਾਮ ਜੋ ਕਿ ਟੱਕ ਨਾਂ ਦੇ ਕਬੀਲੇ ਦੇ ਰਹਿਣ ਕਰਕੇ ਪਿਆ ਸੀ ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਲਾਹੌਰ ਤੇ ਮਲਤਾਨ ਦੋ ਸੂਬਿਆਂ ਦੇ ਵਿੱਚ ਵੰਡਿਆ ਸੀ ਹਾਂਜੀ ਕਈ ਵਾਰ ਕੁਐਸਚਨ ਪੁੱਟ ਕਰ ਲੈਂਦੇ ਨੇ ਕਿ ਕਿਹੜੇ ਮੁਗਲ ਬਾਦਸ਼ਾਹ ਨੇ ਪੰਜਾਬ ਨੂੰ ਲਾਹੌਰ ਅਤੇ ਮਲਤਾਨ ਦੋ ਸੂਬਿਆਂ ਦੇ ਵਿੱਚ ਵੰਡਿਆ ਸੀ ਜੀ ਉਹ ਸੀ ਅਕਬਰ ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਰਾਜ ਦਾ ਨਾਮ ਦਿੱਤਾ ਗਿਆ ਸੀ ਆਪਾਂ ਪਹਿਲਾਂ ਹੀ ਕਰ ਚੁੱਕੀਆਂ ਲਾਹੌਰ ਸੂਬਾ ਕਿਹਾ ਜਾਂਦਾ ਸੀ ਉਸ ਸਮੇਂ ਲਾਹੌਰ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ 29 ਮਾਰਚ 1849 ਚ ਸ਼ਾਮਿਲ ਕਰ ਲਿਆ ਜਾਂਦਾ ਤਾਂ ਜਿਹੜੇ ਅੰਗਰੇਜ਼ ਆ ਉਹਨਾਂ ਨੇ ਇਸ ਦਾ ਨਾਮ ਰੱਖਤਾ ਜੀ ਪੰਜਾਬ ਪ੍ਰਾਂਤ ਭਾਪ ਕੇ ਪੰਜਾਬ ਪੰਜਾਬ ਵਿੱਚ ਅੰਗਰੇਜ਼ਾਂ ਨੇ ਕਬਜ਼ਾ ਬਾਅਦ ਵਿੱਚ ਕੀਤਾ ਸੀ ਬਾਕੀ ਭਾਰਤ ਤੇ ਸਭ ਤੋਂ ਪਹਿਲਾਂ ਕੀਤਾ ਸੀ ਇਹ ਗੱਲ ਨੂੰ ਯਾਦ ਰੱਖ ਲੈਣਾ ਅੰਗਰੇਜ਼ੀ ਰਾਜ ਦੀਆਂ ਜਿਹੜੀਆਂ ਸਿਮਾਆਂ ਸੀਗੀਆਂ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉੱਤਰ ਵਿੱਚ ਕਸ਼ਮੀਰ ਉੱਤਰ ਪੱਛਮ ਵਿੱਚ ਅਫਗਾਨਿਸਤਾਨ ਪੂਰਬ ਵਿੱਚ ਜਮਨਾ ਨਦੀ ਤੇ ਦੱਖਣੀ ਰਾਜਸਥਾਨ ਤੱਕ ਨਿਸ਼ਚਿਤ ਕੀਤੀਆਂ ਗਈਆਂ ਸੀ ਉਸ ਸਮੇਂ ਪੰਜਾਬ ਦੀਆਂ ਸਿਮਾਆਂ ਜਦੋਂ ਅੰਗਰੇਜ਼ੀ ਸਾਮਰਾਜ ਸੀ 1947 ਦੇ ਵਿੱਚ ਪੰਜਾਬ ਦੀ ਜਦੋਂ ਜਿਹੜੀ ਭਾਰਤੀ ਵੰਡ ਹੁੰਦੀ ਆ ਤਾਂ ਪੰਜਾਬ ਦੀ ਉਸ ਸਮੇਂ ਦੋ ਭਾਗਾਂ 'ਚ ਵੰਡ ਹੋ ਜਾਂਦੀ ਆ ਪੱਛਮੀ ਭਾਗ ਆ ਜਿਹੜਾ ਉਹ ਪਾਕਿਸਤਾਨ ਵਿੱਚ ਜੜਾ ਜਾਂਦਾ ਤੇ ਜਿਹੜਾ ਪੂਰਬੀ ਉਹ ਭਾਰਤ ਵਿੱਚ ਰਹਿ ਜਾਂਦਾ ਭਾਸ਼ਾ ਦੇ ਆਧਾਰ ਤੇ ਫਿਰ ਪੰਜਾਬ ਦੀ ਵੰਡ ਹੁੰਦੀ ਆ 1966 ਵਿੱਚ ਉਸ ਸਮੇਂ ਪੰਜਾਬ ਤੇ ਹਰਿਆਣਾ ਦੋ ਭਾਗਾਂ 'ਚ ਵੰਡਿਆ ਜਾਂਦਾ ਜੀ ਆਧੁਨਿਕ ਪੰਜਾਬ ਵਿੱਚ ਕੁੱਲ ਜ਼ਿਲ੍ਹੇ ਨੇ 22 ਤੇ ਜੀ 2006 ਦੇ ਵਿੱਚ ਜਿਹੜੇ ਸ਼ਾਮਲ ਕੀਤੇ ਗਏ ਜ਼ਿਲ੍ਹੇ ਸੀ ਉਹ ਸੀ ਜੀ ਸਾਹਿਬਜਾਦਾ ਅਜੀਤਨਗਰ ਤਰਨਤਾਰਨ ਤੇ ਬਰਨਾਲਾ ਜੋ ਨਮਾ ਸ਼ਹਿਰ ਜ਼ਿਲ੍ਹਾ ਸੀ ਉਸ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਸੀ 2008 ਦੇ ਵਿੱਚ ਪੰਜਾਬ ਦੇ ਤਿੰਨ ਭੰਗੋਲੇ ਕਿ ਖੰਡਾ ਜਿਹੜੇ ਉਹਦੇ ਵਿੱਚ ਨੂੰ ਵੰਡਿਆ ਜਾਂਦਾ ਪੰਜਾਬ ਨੂੰ ਪਹਿਲਾ ਜੀ ਹਿਮਾਲਿਆ ਤੇ ਸੁਲੇਮਾਨ ਪਰਬਤ ਸ਼੍ਰੇਣੀਆਂ ਦੂਜਾ ਉਪਪਰਬਤੀ ਖੰਡ ਤੀਜਾ ਮੈਦਾਨੀ ਖੇਤਰ ਆਪਾਂ ਮੈਦਾਨੀ ਖੇਤਰ ਚ ਰਹਿੰਦੇ ਆ ਪਤਾ ਹੀ ਹੈ ਪੰਜਾਬ ਨੂੰ ਤਲਵਾਰ ਜਾਂ ਖੜਗਪੂਜਾ ਵੀ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਹੈ ਆਪਾਂ ਨੂੰ ਪਤਾ ਹੀ ਹੈ ਕਿ ਬਹਾਦਰ ਸੂਰਮੇ ਸੀ ਤੇ ਇਹਨਾਂ ਨੂੰ ਬਹੁਤ ਸਾਰੇ ਹਮਲਾਵਰਾਂ ਨਾਲ ਲੜਨਾ ਪੈਂਦਾ ਸੀ ਤੇ ਇਸ ਤੋਂ ਇਲਾਵਾ ਭਾਰਤ ਦਾ ਪ੍ਰਵੇਸ਼ ਦੁਆਰ ਆ ਜਿਹੜਾ ਮੰਨਿਆ ਜਾਂਦਾ ਪੰਜਾਬ ਨੂੰ ਤੇ ਹਰ ਇੱਕ ਹਮਲਾਵਰ ਪਹਿਲਾਂ ਪੰਜਾਬ ਦੇ ਵਿੱਚ ਆਉਂਦਾ ਸੀ ਤੇ ਫਿਰ ਉਸ ਤੋਂ ਬਾਅਦ ਆਲੇ ਇਲਾਕਿਆਂ ਤੇ ਕਬਜ਼ਾ ਕਰਦਾ ਸੀ ਪਰ ਅੰਗਰੇਜ਼ਾਂ ਨੇ ਕੀ ਕੀਤਾ ਸੀ ਉਲਟ ਹੋਇਆ ਸੀ ਉਲਟ ਗਿਆ ਸੀ ਇਸ ਤੋਂ ਅੰਗਰੇਜ਼ਾਂ ਨੇ ਸਭ ਤੋਂ ਬਾਅਦ ਵਿੱਚ ਪੰਜਾਬ ਤੇ ਕਬਜ਼ਾ ਕੀਤਾ ਸੀ ਬਦੇਸੀ ਹਮਲਾਵਰ ਆਉਂਦੇ ਸਨ ਜੋ ਉੱਤਰੀ ਪੱਛਮੀ ਦਿਸ਼ਾ ਤੋਂ ਆਉਂਦੇ ਸੀ ਜੀ ਇਸ ਤੇ ਚਾਰ ਦਰੇ ਸੀਗੇ ਉੱਤਰ ਪੱਛਮ ਦੇ ਵਿੱਚ ਖੈਬਰ ਕਰਮ ਟੋਚੀ ਤੇ ਬਲੰਡ ਸਭ ਤੋਂ ਜਿਹੜਾ ਜ਼ਿਆਦਾ ਪ੍ਰਸਿੱਧ ਸੀ ਉਹ ਸੀ ਜੀ ਖੈਬਰ ਦਰਾ ਜਸਤੇ ਦੁਆਰਾ ਬਹੁਤ ਜ਼ਿਆਦੀ ਆਪਾਂ ਕਹਦੀਏ ਹਮਲਾਵਰ ਆਉਂਦੇ ਸੀ ਤੇ ਹਿਮਾਲਿਆ ਪਰਬਤਾਂ ਜੋ ਇਸ ਦਾ ਆਪਾਂ ਗੱਲ ਕਰੀ ਹੈ ਸਭ ਤੋਂ ਉੱਚੀ ਚੋਟੀ ਹੈ ਭਾਰਤ ਦੀ ਤੇ ਮਾਉਂਟ ਐਵਰੇਸਟ ਆ ਜੋ ਇਸ ਦੀ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਜੋ ਮਾਉਂਟ ਐਵਰੇਸਟ ਹੈ ਉਚਾਈ ਹੈਗੀ ਹੈ ਜੀ 8848 ਮੀਟਰ ਤੇ ਇਸ ਤੋਂ ਬਿਨਾ ਸੁੰਦਰ ਸਥਾਨ ਨੇ ਜੋ ਹਨ Shimla, Kullu, Dalhousie ਤੇ Manali ਭਾਰਤ ਦੇ ਤੇ ਤਰਾਈ ਜਾਂ ਉਪ ਪਰਬਤੀ ਖੇਤਰ ਨੇ ਜੋ ਪੰਜਾਬ ਦੇ ਹਿੱਸਿਆਂ ਦੇ ਉਹਨੇ ਜੀ ਹੁਸ਼ਿਆਰਪੁਰ ਗਰਦਾਸਪੁਰ ਕਾਂਗੜਾ ਤੇ ਸਿਆਲਕੋਟ ਜਿਹੜਾ ਗਰਦਾਸਪੁਰ ਤੇ ਕਾਂਗੜਾ ਇਹਨਾਂ ਦੀ ਇਤਿਹਾਸਿਕ ਮਹੱਤਤਾ ਵੀ ਹੈ ਇਸ ਤੋਂ ਇਲਾਵਾ ਜਿਹੜੇ ਪੰਜਾਬ ਆ ਉਸ ਨੂੰ ਪੰਜ ਦੁਆਬਿਆਂ ਦੇ ਵਿੱਚ ਵੰਡਿਆ ਜਾਂਦਾ ਦੁਆਬ ਤੋਂ ਭਾਵ ਹੁੰਦਾ ਜੀ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਤੇ ਕਿਹੜੇ ਪੰਜ ਦੁਆਬੇ ਨੇ ਜੀ ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਪਹਿਲਾ ਹੈ ਜੀ ਵਿਸਤ ਜਲੰਧਰ ਦੁਆਬ ਜੋ ਕਿ ਸਤਲੁਜ ਤੇ ਵਿਆਸ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਤੇ ਬੱਬੇ ਤੋਂ ਵਿਆਸ ਸਸੇ ਤੋਂ ਸਤਲੁਜ ਬਿਸਤ ਤੋਂ ਆਪਾਂ ਇਸ ਤਰ੍ਹਾਂ ਵੀ ਯਾਦ ਕਰਕੇ ਰੱਖ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੇ ਇਹਨਾਂ ਵਿੱਚ ਸ਼ਹਿਰ ਨੇ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਂ ਸ਼ਹਿਰ ਨੇ ਜੀ ਸੈਕਿੰਡ ਹੈ ਜੀ ਬਾਰੀ ਦੁਆਬ ਜੋ ਕਿ ਮਾਝੇ ਦਾ ਇਲਾਕਾ ਮਾਝਾ ਇਸ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਹ ਪੰਜਾਬ ਦੇ ਬਿਲਕੁਲ ਮੱਧ ਵਿੱਚ ਹੈ ਤੇ ਇੱਥੋਂ ਦੇ ਵਿਸ਼ਨੀਕਾਂ ਨੂੰ ਮਝੈਲ ਕਿਹਾ ਜਾਂਦਾ ਤੇ ਬਾਰੀ ਦੁਆਬ ਦੇ ਜੋ ਆਪਾਂ ਯਾਦ ਕਰ ਸਕਦੇ ਆ ਬੱਬੇ ਤੋਂ ਵਿਆਸ ਤੇ ਰਾਰੇ ਤੋਂ ਰਾਵੀ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਜੋ ਕਿ ਲਾਹੌਰ ਅੰਮ੍ਰਿਤਸਰ ਦਾ ਇਲਾਕਾ ਇਹ ਜੋ ਇੱਥੇ ਬੋਲੀ ਜਾਂਦੀ ਹੈ ਜੇ ਆਪ ਬੋਲੀਓ ਮਾਝੀ ਹੈ ਹਾਂਜੀ ਥਰਡ ਆਪਾਂ ਕਰ ਰਹੇ ਆ ਉਹ ਹੈ ਜੀ ਰਚਨਾ ਦੁਆਬ ਜੋ ਕਿ ਰਾਵੀ ਤੇ ਚਨਾਬ ਦੇ ਵਿਚਕਾਰਲਾ ਇਲਾਕਾ ਰਾਰੇ ਤੋਂ ਰਾਵੀ ਚੱਚੇ ਤੋਂ ਚਨਾਬ ਗੁਜਰਾਵਾਲਾ ਸੇਖੂਪੁਰੇ ਦੇ ਇਲਾਕੇ ਨੂੰ ਕਿਹਾ ਜਾਂਦਾ ਜੀ ਤੇ ਨੈਕਸਟ 4th ਚੱਜ ਦੁਆਬ ਜੋ ਚੱਚੇ ਤੋਂ ਚਨਾਬ ਜੱਜੇ ਤੋਂ ਜੇਲਮ ਗੁਜਰਾਤ ਤੇ ਸ਼ਾਹਪੁਰ ਦਾ ਇਲਾਕਾ ਇਸ ਦੇ ਵਿੱਚ ਆ ਜਾਂਦਾ ਇਹ ਜੋ ਚਨਾਬ ਤੇ ਜੇਲਮ ਦਰਿਆਵਾਂ ਦੇ ਵਿਚਕਾਰਲੀ ਧਰਤੀ ਹੈ 5th ਜੀ ਸਿੰਧ ਸਾਗਰ ਦੁਆਬ ਜਿਸ ਵਿੱਚ ਸਿੰਧ ਤੇ ਜੇਲਮ ਦੇ ਵਿਚਕਾਰਲੇ ਜਿਹੜੇ ਹਿੱਸੇ ਆ ਵਿਚਕਾਰਲੀ ਧਰਤੀ ਹੈ ਜੀ ਉਸ ਨੂੰ ਕਿਹਾ ਜਾਂਦਾ ਇਸ ਦੇ ਵਿੱਚ ਰਾਵਲਪਿੰਡੀ ਆਂਦੀ ਆ ਇਸ ਤੋਂ ਇਲਾਵਾ ਬਾਂਗਰ ਪ੍ਰਦੇਸ਼ ਤੇ ਮਾਲਵਾ ਤੇ ਦੱਖਣ ਪੱਛਮ ਦੇ ਮਾਰੂਥਲ ਵੀ ਇਸ ਦੇ ਅਧੀਨ ਆ ਜਾਂਦੇ ਨੇ ਬਾਂਗਰ ਪ੍ਰਦੇਸ਼ ਹੈ ਜੋ ਘੱਗਰ ਤੇ ਜਮਨਾ ਨਦੀਆਂ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਅੰਬਾਲਾ ਕਰਨਾਲ ਪਾਣੀਪਤ ਹਿਸਾਰ ਦੇ ਇਲਾਕੇ ਇਸ ਦੇ ਵਿੱਚ ਆ ਜਾਂਦੇ ਨੇ ਜੀ ਮਾਲਵਾ ਜੋ ਉਸਦੇ ਵਿੱਚ ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਜਾਂਦਾ ਜਿਵੇਂ ਕਿ ਪਟਿਆਲਾ, ਲੁਧਿਆਣਾ, ਸ੍ਰੀਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫਰੀਦਕੋਟ, ਨਾਭਾ ਇਸ ਦੇ ਵਿੱਚ ਪਟਿਆਲੇ ਦਾ ਪੱਛਮੀ ਭਾਗ ਹੀ ਆਉਂਦਾ ਕਿਉਂਕਿ ਪੂਰਬੀ ਭਾਗ ਦੇ ਵਿੱਚ ਪਵਾਦੀ ਜਿਹੜੀ ਬੋਲੀ ਜਾਂਦੀ ਹੈ ਪਰ ਇਹ ਮਾਲਵੇ ਚ ਆ ਜਾਂਦਾ ਦਾ ਪਾਕਿਸਤਾਨ ਪੱਛਮੀ ਭਾਗ ਤੇ ਇੱਥੇ ਕਮਲਬਕ ਕਬੀਲਾ ਰਹਿਣ ਦੇ ਕਰਕੇ ਇਸ ਦਾ ਨਾਂ ਮਾਲਵਾ ਪਿਆ ਤੇ ਇਸ ਦੇ ਜੋ ਵਸਨੀਕ ਹੈ ਉਹ ਮਲਵਈ ਭਾਸ਼ਾ ਬੋਲਦੇ ਆ ਤੇ ਲੋਕਾਂ ਨੂੰ ਮਲਵਾਈ ਕਿਹਾ ਜਾਂਦਾ ਤੇ ਔਰਤਾਂ ਨੂੰ ਜੋ ਮਰਦਾ ਮਲਵਾਈ ਕਿਹਾ ਜਾਂਦਾ ਔਰਤਾਂ ਨੂੰ ਮਲਵੈਣਾ ਕਿਹਾ ਜਾਂਦਾ ਈੜੀ ਹੈ ਜੋ ਆਪਾਂ ਕਰਦੇ ਸਹੀ ਪਾਕ ਦੱਖਣੀ ਪੱਛਮ ਦੇ ਮਾਰੂਥਲ ਜਿਹੜੇ ਆ ਜਾਂਦੇ ਆ ਸਿੰਧ ਜਿਸ ਦੇ ਵਿੱਚ ਸਿੰਧ ਬਹਾਵਲਪੁਰ ਤੇ ਮਲਤਾਨ ਦੇ ਇਲਾਕੇ ਜਿੰਦੇ ਤੇ ਬਹੁਤ ਘਟਾ ਪਜਾਉ ਨੇ ਇਹ ਹਾਂਜੀ ਇਸ ਤੋਂ ਇਲਾਵਾ ਪੰਜਾਬ ਦੇ ਇਤਿਹਾਸ ਦੇ ਵਿੱਚ ਤਰੈਣ ਦੀਆਂ ਲੜਾਈਆਂ ਹੋਈਆਂ ਸੀ ਪਹਿਲੀ ਲੜਾਈ ਹੋਈ ਸੀ ਜੀ 1191 ਦੇ ਵਿੱਚ ਮੁਹੰਮਦ ਗੋਰੀ ਤੇ ਜੀ ਪ੍ਰਥਵੀ ਰਾਜ चौहान ਦੇ ਵਿਚਕਾਰ ਹੋਈ ਪਹਿਲੀ ਤਰਾਂ ਦੀ ਲੜਾਈ ਮੁਹੰਮਦ ਗੋਰੀ ਤੇ ਪ੍ਰਥਵੀ ਰਾਜ चौहान ਵਿਚਕਾਰ ਹੋਈ ਫਿਰ ਦੂਜੀ 1192 ਦੇ ਵਿੱਚ ਹੋਈ ਦੋਨਾਂ ਦੇ ਵਿਚਕਾਰ ਅਗੇਨ ਹੋਈ ਜਿਦੇ ਵਿੱਚ ਮੁਹੰਮਦ ਗੋਰੀ ਜਿੱਤ ਜਾਂਦਾ ਤੇ ਮੁਸਲਮਾਨ ਰਾਜ ਦੀ ਉਹ ਪੰਜਾਬ ਦੇ ਵਿੱਚ ਸਥਾਪਨਾ ਕਰ ਦਿੰਦਾ ਪਾਣੀਪਤ ਦੀਆਂ ਲੜਾਈਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤਿੰਨ ਲੜਾਈਆਂ ਹੋਈਆਂ 1526 ਦੇ ਵਿੱਚ ਜੀ ਜਿਹੜੀ ਲੜਾਈ ਹੋਈ ਆ ਉਹ ਹੋਈ ਜੀ ਬਾਬਰ ਤੇ ਇਬਰਾਹਿਮ ਲੋਦੀ ਦੇ ਵਿਚਕਾਰ 1552 ਵਿੱਚ ਜਿਹੜੀ ਲੜਾਈ ਹੋਈ ਪਾਣੀਪਤ ਦੀ ਅਕਬਰ ਤੇ ਹੇਮੂ ਦੀ ਮੁਗਲ ਵੰਸ਼ ਦੀ ਜਿਹੜੀ ਸਥਾਪਨਾ ਹੁੰਦੀ ਆ ਇਸ ਤੇ ਇਹਨਾਂ ਲੜਾਈਆਂ ਦੇ ਕਾਰਨ ਹੀ 3rd ਲੜਾਈ ਹੁੰਦੀ ਹੈ ਜੀ ਜਿਹੜੀ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਵਿਚਕਾਰ ਹੋਈ ਤੇ ਜਿਹਦੇ ਵਿੱਚ ਮਰਾਠਿਆਂ ਦਾ ਅੰਤ ਹੋ ਜਾਂਦਾ ਹਾਂਜੀ ਆਪਾਂ ਜੋ ਪੜਾਂਗੇ ਵੀ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਸੀ ਉਹ ਬਾਬਰ ਨੇ ਕੀਤੀ ਸੀਗੀ ਆਪਾਂ ਨੂੰ ਪਤਾ ਹੀ ਆ ਤੇ ਪਾਣੀਪੱਦੀ ਲੜਾਈ ਤੋਂ ਬਾਅਦ ਹੀ ਪਹਿਲੇ ਲੜਾਈ ਤੋਂ ਬਾਅਦ ਹੀ ਸਥਾਪਨਾ ਦੀ ਉਸਤੇ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਪੜ੍ਹਦੇ ਹਾਂ ਉਸ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਜੋ ਪੰਜਾਬ ਦੀ ਹਿਸਟਰੀ ਆ ਪੰਜਾਬ ਦਾ ਇਤਿਹਾਸ ਆ ਉਹਨੂੰ ਜਾਣਨ ਦੇ ਲਈ ਆਪਾਂ ਨੂੰ ਕਿੱਥੋਂ-ਕਿੱਥੋਂ ਸਰੋਤ ਮਿਲੇ ਆ ਕਿੱਥੋਂ-ਕਿੱਥੋਂ ਆਪਾਂ ਨੂੰ ਸੂਮੀ ਮਿਲੇ ਆ ਪੰਜਾਬ ਦੇ ਇਤਿਹਾਸਿਕ ਸਰੋਤ ਨੇ ਜੀ ਜੋ ਸਿੱਖਾਂ ਦੇ ਧਾਰਮਿਕ ਗ੍ਰੰਥ ਵੀ ਆ ਫਾਰਸੀ ਦੀਆਂ ਪੁਸਤਕਾਂ ਤੋਂ ਲਾਹੌਰ ਦਰਬਾਰ ਦੇ ਰਿਕਾਰਡ ਲਾਹੌਰ ਦਰਬਾਰ ਦੇ ਰਿਕਾਰਡ ਮਤਲਬ ਮਹਾਰਾਜ ਰਣਜੀਤ ਸਮੇ ਦੇ ਜੋ ਰਿਕਾਰਡ ਨੇ ਉਹਨਾਂ ਨੂੰ ਕਿਹਾ ਗਿਆ ਤੇ ਅੰਗਰੇਜ਼ਾਂ ਦੀਆਂ ਲਿਖਤਾਂ ਜੋ ਗੁਰਮੁਖੀ ਚ ਮਿਲਦੇ ਸੂਮੇ ਜੋ ਗੁਰਮੁਖੀ ਚ ਮਿਲਿਆ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਗ੍ਰੰਥਾਂ ਦੇ ਵਿੱਚੋਂ ਮਿਲਿਆ ਆਪਾਂ ਗੁਰੂ ਗੁਰਮੁਖੀ ਵਿੱਚ ਜਿਹੜੇ ਮਿਲਿਆ ਉਹ ਹਨ ਜੀ ਪਹਿਲੇ ਤਾਂ ਆਦਿ ਗ੍ਰੰਥ ਸਾਹਿਬ ਦਸ਼ਮ ਗ੍ਰੰਥ ਸਾਹਿਬ ਤਵਾਰਿਕ ਗੁਰੂ ਖਾਲਸਾ ਤੇ ਭਾਈ ਗੁਰਦਾਸ ਜੀ ਦੀਆਂ 12 ਤੋਂ ਜਿਹੜੀ ਸਾਨੂੰ ਪੰਜਾਬ ਦੀ ਇਤਿਹਾਸ ਦੀ ਬਹੁਤ ਸਾਰੀ ਜਾਣਕਾਰੀ ਮਿਲਦੀ ਆ ਆਦਿ ਗ੍ਰੰਥ ਜਿਹੜੀ ਰਚਨਾ ਗਈ ਉਹ 1604 ਈਸਵੀ ਵਿੱਚ ਕੀਤੀ ਗਈ ਗੁਰੂ ਅਰਜਨ ਦੇਵ ਜੀ ਨੇ ਕਰੀ ਸੀ ਜੀ 15ਵੀਂ ਤੇ 17ਵੀਂ ਸਦੀ ਦਾ ਇਹਦੇ ਵਿੱਚ 15ਵੀਂ ਤੋਂ ਲੈ ਕੇ 17ਵੀਂ ਸਦੀ ਤੱਕ ਦਾ ਸਮਾਜਿਕ ਆਰਥਿਕ ਰਾਜਨੀਤਿਕ ਜੀਵਨ ਆ ਜੋ ਉਹਨਾਂ ਦਾ ਵਰਣਨ ਮਿਲਦਾ ਸਾਨੂੰ ਆ ਗ੍ਰੰਥ ਸਾਹਿਬ ਜੀ ਤੋਂ ਦਸਮ ਗ੍ਰੰਥ ਦਾ ਜਿਹੜਾ ਸੰਕਲਨ ਹੈ ਉਹ ਜੀ ਭਾਈ ਮਣੀ ਜੀ ਨੇ ਕੀਤਾ ਸੀ ਤੇ ਇਸ ਦੇ ਵਿੱਚ ਗੁਰੂ ਗਵਿੰਦ ਸਿੰਘ ਜੀ ਦੀਆਂ ਰਚਨਾਵਾਂ ਮਿਲਦੀਆਂ ਤੇ ਸੰਬੰਧ ਜੇ ਪੁੱਛਦੇ ਆ ਕਿ ਦਸਮ ਗ੍ਰੰਥ ਦਾ ਸੰਬੰਧ ਕਿਸ ਦੇ ਨਾਲ ਆ ਤਾਂ ਉਹ ਹੈ ਜੀ 10ਵੇਂ ਗੁਰੂ ਸ੍ਰੀ ਗੁਰੂ ਗਵਿੰਦ ਸਿੰਘ ਜੀ ਨਾਲ ਤੇ ਭਾਈ ਮਨੀ ਸਿੰਘ ਜੀ ਨੇ ਇਸ ਦਾ ਸੰਕਲਨ ਕੀਤਾ 1721 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਗਰ ਆਪਾਂ ਰਚਨਾਵਾਂ ਦੀ ਗੱਲ ਕਰੀਏ ਤਾਂ ਉਹ ਹਨ ਜੀ ਬਚਿੱਤਰਨਾਟਕ ਜਫਰਨਾਮਾ ਜਾਪ ਸਾਹਿਬ ਅਕਾਲ ਉਸਤਿਤ ਤੇ ਫਿਫਤ ਜੀ ਚੰਡੀ ਦੀ ਵਾਰ ਜਫਰਨਾਮਾ ਜੋ ਲਿਖਿਆ ਸੀ ਉਹਨਾਂ ਨੇ ਉਹ ਸੀ ਇਹਨਾਂ ਦੀ ਜਿੱਤ ਦੀ ਚਿੱਠੀ ਭਾਸ਼ਾ ਸੀ ਦੀ ਫਾਰਸੀ ਦਿਨਾ ਕਾਂਗੜ ਦੇ ਵਿੱਚ ਲਿਖਿਆ ਸੀ ਪਤਾ ਲੱਗਦਾ ਇਸ ਤੋਂ ਸਾਨੂੰ ਕਿਸਤੇ ਬਾਰੇ ਜਾਣਕਾਰੀ ਮਿਲਦੀ ਆ ਭਾਵਕੇ ਗੁਰੂ ਗੋਵਿੰਦ ਸਿੰਘ ਜੀ ਅਤੇ ਔਰੰਗਜ਼ੇਬ ਦੇ ਸਬੰਧਾਂ ਦੇ ਬਾਰੇ ਜੀ ਬਚਿੱਤਰਨਾਟਕ ਹੈ ਜੋ ਆਤਮ ਕਥਾ ਜੀ ਗੁਰੂ ਗੋਵਿੰਦ ਸਿੰਘ ਜੀ ਦੀ ਜਿਸ ਤੋਂ ਬੇਦੀ ਸੋਢੀ ਜਾਤੀਆਂ ਦੇ ਇਤਿਹਾਸ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਗੋਵਿੰਦ ਸਿੰਘ ਜੀ ਦੀਆਂ ਲੜਾਈਆਂ ਦਾ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ ਹਾਂ ਜੀ ਨੈਕਸਟ ਹੈ ਆਪਣੇ ਕੋਲ ਭਾਈ ਗੁਰਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਸੀ ਜੋ ਉਹਨਾਂ ਦੇ ਭਰਾ ਦਤਾਰ ਚੰਦ ਪੱਲਾ ਦੇ ਪੁੱਤਰ ਸੀ ਤੇ ਗੁਰੂ ਅਮਰਦਾਸ ਜੀ ਦੇ ਇਹ ਪਤੀਜੇ ਸੀ ਭਾਈ ਗੁਰਦਾਸ ਤੇ ਇਹਨਾਂ ਦੀਆਂ 39 ਵਾਰਾਂ ਜੋ ਸਾਨੂੰ ਉਸ ਤੋਂ ਵੀ ਇਤਿਹਾਸਿਕ ਜਾਣਕਾਰੀ ਮਿਲਦੀ ਆ ਪਹਿਲੀ ਤੇ ਜੋ 11ਵੀਂ ਵਾਰ ਆ ਇਤਿਹਾਸਿਕ ਮਹੱਤਵ ਵਾਲੀ ਗਿਣੀ ਜਾਂਦੀ ਹੈ ਤੇ ਪਹਿਲੀ ਵਾਰ ਦੇ ਵਿੱਚ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਮਿਲਦੀ ਆ ਤੇ 11ਵੀਂ ਇਸ ਤੋਂ ਇਲਾਵਾ ਸ੍ਰੀ ਤੇ ਗਲਦ ਰਾਈਟ ਹੋਇਆ ਕਿਹਾ ਜੀ ਤੇ ਗੁਰੂ ਗੋਬਿੰਦ ਜੀ ਦੇ ਜੀਵਨ ਬਾਰੇ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਆ ਪਹਿਲੀ ਬਾਤੂ ਪਾਈ ਗੁਰਦਾਸ ਜੀ ਜੋ 11ਵੀਂ ਵਾਰ ਆ ਜੀ ਉਸ ਦੇ ਵਿੱਚ 6 ਗੁਰੂਆਂ ਤੇ ਪ੍ਰਸਿੱਧ ਸਿੱਖਾਂ ਦੇ ਨਾਮਾਂ ਤੇ ਸਥਾਨਾਂ ਦਾ ਵਰਣਨ ਮਿਲਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਪਾਈ ਗੁਰਦਾਸ ਜੀ ਦੀਆਂ ਬਾਣਾਂ ਇਸ ਤੋਂ ਇਲਾਵਾ ਵਿਸ਼ਵਾਸਯੋਗ ਜੜੀਆਂ ਜਨਮ ਸਾਖੀਆਂ ਉਮ ਭਗੇ ਜੀ ਪ੍ਰਾਤਨ ਜਨਮ ਸਾਖੀ ਜੋ ਕਿ ਸੁਮੇਲ ਨਾਲ ਬਣੀ ਹੈ ਬਲਾਈਤ ਵਾਲੀ ਜਨਮ ਸਾਖੀ ਤੇ ਹਫਜ਼ਾਬਾਦ ਵਾਲੀ ਜਨਮ ਸਾਖੀ ਦੋਨਾਂ ਦੇ ਸੁਮੇਲ ਨਾਲ ਬਣੀ ਹੋਈ ਹੈ ਪ੍ਰਾਤਨ ਜਨਮ ਸਾਖੀ ਜੋ ਜਾਦਾ ਵਿਸ਼ਵਾਸਯੋਗ ਸੋਮਾ ਜੋ ਇਤਿਹਾਸ ਦਾ ਗਿਆਨ ਰਤਨਾਵਲੀ ਦੀ ਜਿਹੜੀ ਰਚਨਾ ਕੀਤੀ ਆ ਭਾਈ ਮਣੀ ਸਿੰਘ ਜੀ ਨੇ ਕੀਤੀ ਹੈ ਤੇ ਮਿਹਰਬਾਨ ਵਾਲੀ ਜਨਮ ਸਾਖੀ ਲੇਖਕ ਮਨੋਹਰ ਦਾਸ ਮਿਹਰਬਾਨ ਸੀ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਸੀ ਮਨੋਹਰ ਦਾਸ ਮਿਹਰਵਣ ਮਿਹਰਵਣ ਵਾਲੀ ਜਿਹੜੀ ਜਨਮ ਸਾਖੀ ਹੈ ਭਾਈ ਵਾਲਾ ਜੀ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ ਸੀ ਤੇ ਭਾਈ ਵਾਲੇ ਵਾਲੀ ਜਨਮ ਸਾਖੀ ਮਿਲਦੀ ਹੈ ਜਿਸ ਤੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਆ ਪਰ ਇਸ ਨੂੰ ਜਿਆਦਾ ਪਰਮਾਨਿਕ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਵਿੱਚ ਬਹੁਤ ਹੀ ਜਿਆਦਾ ਮਨਕੜਤ ਗੱਲਾਂ ਲਿਖੀਆਂ ਗਈਆਂ ਨੇ ਹਾਂਜੀ ਇਸ ਤੋਂ ਇਲਾਵਾ ਜਿਹੜੀ ਸਾਨੂੰ ਸਿੱਖ ਇਤਿਹਾਸ ਦੇ ਸੋਮਿਆਂ ਤੋਂ ਜਾਣਕਾਰੀ ਮਿਲਦੀ ਆ ਪੰਜਾਬ ਇਤਿਹਾਸ ਦੀ ਉਹ ਹੈ ਜੀ ਹੁਕਮਨਾਮੇ ਜਿਨ੍ਹਾਂ ਨੂੰ ਕਿਹਾ ਜਾਂਦਾ ਆਗਿਆ ਪੱਤਰ ਇਹ ਪੁੱਤਰ ਲਿਖਿਆ ਗਿਆ ਸੋਰੀ ਆਗਿਆ ਪੱਤਰ ਕਲਣੀ ਜੀ ਇਹ ਹੁਕਮਨਾਮੇ 99 ਜਿਨ੍ਹਾਂ ਵਿੱਚੋਂ 23 ਆ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਤੇ 34 ਨੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਬਹੁਤ ਸਾਰੇ ਆ ਜਿਹੜੇ ਹੁਕਮਨਾਮੇ ਉਹ ਉਲਪ ਚੋ ਗੋਮਗ ਚੁੱਕੇ ਨੇ ਠੀਕ ਹੈ ਨਾ ਜੀ ਤੇ ਬਾਕੀ ਜੋ ਆਪਾਂ ਨੂੰ ਮਿਲੇ ਉਹ ਆਪਾਂ ਨੂੰ ਇੰਨੇ ਹੀ ਮਿਲਦੇ ਨੇ ਸੈਣਾਪਤ ਸੀ ਜੋ ਉਹ ਗੁਰੂ ਗੋਵਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ ਬਹੁਤ ਵਾਰ ਕੁਐਸਚਨ ਆਇਆ ਜੀ ਤੇ ਉਹਨਾਂ ਦੀ ਰਚਨਾ ਸੀ ਗੋਸ ਸੋਭਾ ਜਿਸ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਬਾਰੇ ਮਹੱਤਵਪੂਰਨ ਜਾਣਕਾਰੀ ਜਿਹੜੀ ਮਿਲਦੀ ਹੈ ਇਸ ਤੋਂ ਇਲਾਵਾ ਸਿੱਖਾਂ ਦੀ ਭਗਤਤਾ ਸਿੱਖਾਂ ਦੀ ਭਗਤ ਮਾਲਾ ਜੋ ਕਿ ਭਾਈ ਮਣੀ ਸਿੰਘ ਨੇ ਲਿਖੀ ਜਿਸ ਨੂੰ ਭਗਤ ਰਤਨਾਵਲੀ ਵੀ ਕਿਹਾ ਲਿਆ ਜਾਂਦਾ ਜੀ ਪੰਥ ਪ੍ਰਕਾਸ਼ ਤੇ ਤਵਾਰਿਕ ਗੁਰੂ ਖਾਲਸਾ ਇਹ ਕੱਟ ਹੋ ਗਿਆ ਪੇਜ ਸੌਰੀ ਉਸਦੇ ਲਈ ਮਾਫ ਕਰਨਾ ਪੰਥ ਪ੍ਰਗਾਸ ਤੇ ਤਵਾਰਿਕ ਗੁਰੂ ਖਾਲਸਾ ਜੋ ਗ੍ਰੰਥਰੀ ਇਹ ਜੀ ਪੰਜਾਬੀ ਭਾਸ਼ਾ ਵਿੱਚ ਮਿਲਦੇ ਆ ਤੇ ਗਿਆਨੀ ਗਿਆਨ ਸਿੰਘ ਦੀਆਂ ਰਚਨਾਵਾਂ ਦੁਨੇ ਜਿਨ੍ਹਾਂ ਤੋਂ ਸਾਨੂੰ ਪੰਜਾਬ ਦੇ ਇਤਿਹਾਸ ਦੀ ਬਹੁਤ ਹੀ ਡੂੰਗੀ ਜਾਣਕਾਰੀ ਮਿਲਦੀ ਹੈ ਪ੍ਰਾਚੀਨ ਪੰਥ ਪ੍ਰਕਾਸ਼ ਜੋ ਕਿ 1841 ਵਿੱਚ ਰਤਨ ਸਿੰਘ ਪੰਗੂ ਨੇ ਲਿਖਿਆ ਸੀ ਜੀ ਇਸ ਤੋਂ ਪਹਿਲੇ ਗੁਰੂ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਇਸ ਤੋਂ ਇਲਾਵਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ ਭਾਈ ਸੰਤੋਖ ਸਿੰਘ ਜਿਸ ਦੇ ਰਚਨਾਕਾਰ ਨੇ ਇਸ ਦੇ ਦੋ ਭਾਗ ਮਿਲਦੇ ਆ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਇਹ ਦੇ ਦੋ ਭਾਗ ਮਿਲਦੇ ਆ ਗੁਰੂ ਪ੍ਰਤਾਪ ਸੂਰਜ ਦੇ ਜੋ ਕਿ ਸੰਤੋਖ ਸਿੰਘ ਜੀ ਨੇ ਲਿਖਿਆ ਬਸਾਂਬਲੀ ਨਾਮਾ ਤੋਂ ਜੋ ਕਿ 1780 ਵਿੱਚ ਕੇਸਰ ਸਿੰਘ ਸਿਬੜ ਨੇ ਲਿਖਿਆ ਇਸ ਤੋਂ ਵੀ ਪੰਜਾਬ ਦੇ ਇਤਿਹਾਸ ਬਾਰੇ ਬਹਿਮੁੱਲੀ ਜਾਣਕਾਰੀ ਮਿਲਦੀ ਆ ਇਸ ਤੋਂ ਇਲਾਵਾ ਮਹਿਮਾ ਪ੍ਰਕਾਸ਼ ਜੋ ਮਹਿਮਾ ਪ੍ਰਕਾਸ਼ ਭਾਰਤਕ ਆ ਜੀ ਉਹ ਲਿਖਿਆ ਕਰਪਾਲ ਚੰਦ ਨੇ ਜੋ ਮਹਿਮਾ ਪ੍ਰਕਾਸ਼ ਕਵਿਤਾ ਗਈ ਉਹ ਲਿਖਿਆ ਸਰੂਪ ਦਾਸ ਭੱਲਾਣੀ ਇਹ ਧਿਆਨ ਨਾਲ ਦੇਖ ਲੈਣਾ ਕਿ ਉਥੇ ਭਾਰਤਕ ਪੁੱਛਿਆ ਗਿਆ ਜਾਂ ਕਵਿਤਾ ਜੇ ਭਾਰਤਕ ਪੁੱਛਦੇ ਆ ਮਹਿਮਾ ਪ੍ਰਕਾਸ਼ ਭਾਰਤਕ ਤਾਂ ਕਰਪਾਲ ਚੰਦ ਆਏਗਾ ਜੇ ਮਹਿਮਾ ਪ੍ਰਕਾਸ਼ ਕਵਿਤਾ ਪੁੱਛਦੇ ਆ ਤਾਂ ਸਰੂਪ ਦਾਸ ਭੱਲਾਏਗਾ ਫਾਰਸੀ ਦੇ ਜੋ ਸੋਮੇ ਆ ਹਾਂਜੀ ਇਹ ਤਾਂ ਅਸੀਂ ਸਿੱਖੂ ਖੂਬ ਸੰਬੰਧਿਤ ਸੋਮੇ ਠੀਕ ਹੈ ਹੁਣ ਆਪਾਂ ਫਾਰਸੀ ਨਾਲ ਸੰਬੰਧਿਤ ਸੌਮੇ ਕਰਾਂਗੇ ਜੋ ਕਿ ਮੋਸਟਲੀ ਆਪਾਂ ਨੂੰ ਮੁਗਲ ਸਾਮਰਾਜ ਦੇ ਵਿੱਚੋਂ ਮਿਲੇ ਆ ਪਹਿਲਾਂ ਆਪਾਂ ਕਰਾਂਗੇ ਜੀ ਅਕਬਰਨਾਮਾ ਸਪੈਲਿੰਗ ਲਿਖੇ ਹੀ ਨਹੀਂ ਆਇਨਾ ਅਕਬਰੀ ਵੀ ਕਹਿ ਲੈਂਦੇ ਆ ਜਾਂ ਅਕਬਰਨਾਮਾ ਦੋ ਨੇ ਜੀ ਇਹ ਅਲੱਗ-ਅਲੱਗ ਆ ਸੋਰੀ ਅਕਬਰਨਾਮਾ ਤੇ ਆਇਨਾ ਅਕਬਰੀ ਜੋ ਕਿ ਲਿਖੇ ਅਬੁਲ ਫਜ਼ਲ ਨੇ ਜਿਹਦੇ ਵਿੱਚ ਅਕਬਰ ਦੀ ਜੀਵਨੀ ਦੀ ਗੱਲ ਕਰੀ ਗਈ ਹੈ ਜੀਵਨੀ ਲਿਖੀ ਗਈ ਤੇ ਉਸ ਸਮੇਂ ਦੇ ਇਤਿਹਾਸਿਕ ਸਮਾਜਿਕ ਰਾਜਨੀਤਿਕ ਜੀਵਨ ਦੇ ਪਹਿਲੂਆਂ ਤੇ ਜਿਹੜੀ ਚਾਨਣਾ ਜੇ ਆਪਾਂ ਕਹਿੰਦੀ ਰੋਸ਼ਨੀ ਪਾਈ ਗਈ ਆ ਇਸ ਤੋਂ ਲਾ ਬਾ ਬਾਬਰ ਦੀ ਆਤਮ ਕਥਾ ਜੀ ਤੁਜਕੇ ਬਾਬਰੀ ਜਹਾਂਗੀਰ ਦੀ ਇਹ ਤੁਜਕੇ ਜਹਾਂਗੀਰੀ ਦੱਬੇ ਸਤਾਣੇ ਮੁਜ਼ਾਹਿਬ ਦੱਬੀ ਸਤਾਣੇ ਮੁਜ਼ਾਹਿਬ ਜਿਸ ਤੇ ਰਚਨਾਕਾਰ ਨੇ ਮਵੀਦ ਜ਼ੁਲਫੀਕਾਰ ਅਰਦਿਸਤਾਨੀ ਮਵੀਦ ਜ਼ੁਲਫੀਕਾਰ ਅਰਦਿਸਤਾਨੀ ਨੇ ਲਿਖੀ ਸੀ ਦੱਬੀ ਸਤਾਣੇ ਮੁਜ਼ਾਹਿਬ 17ਵੀਂ ਸਦੀ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਜੀ ਇਸ ਤੋਂ ਇਲਾਵਾ ਮੁਤਕਿਫ ਉਲਲਵਾਬ ਖਾਫੀ ਖਾਨੇ ਲਿਖੇ ਜੀ ਖੁਲਾਸਿਤ ਉੱਤਤਵਾਰਿਕ ਸੁਜਾਨ ਰਾਏ ਪੰਡਾਰੀ ਦੀ ਰਚਨਾ ਜੰਗਨਾਮਾ ਕਾਜੀ ਨੂਰ ਮਹਾਬੰਦ ਜਿਸ ਤੋਂ ਸਾਨੂੰ ਅਬਦਾਲੀ ਤੇ ਹਮਲਿਆਂ ਤੇ ਜੁੱਧ ਟੰਗ ਦੀ ਇਨਫੋਰਮੇਸ਼ਨ ਮਿਲਦੀ ਆ ਹਾਂਜੀ ਨੈਕਸਟ ਆਪਾਂ ਕਰਾਂਗੇ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਸੋਮੇ ਜੋ ਕਿ ਫਾਰਸੀ ਦੇ ਸੋਮੇ ਨੇ ਆਪਾਂ ਕੱਲ੍ਹ ਹੀ ਫਾਰਸੀ ਭਾਸ਼ਾ ਵਿੱਚ ਮਿਲਦੇ ਨੇ ਜਿਵੇਂ ਔਮਦਿਤ ਉੱਤਤਵਾਰਿਕ ਸੋਹਣ ਲਾਲ ਸੂਰੀ ਨੇ ਲਿਖੀ ਹੈ ਜੀ ਜਫਰਨਾਮਾ ਇਹ ਰਣਜੀਤ ਸਿੰਘ ਦੀਵਾਨ ਅਮਰਨਾਥ ਦੀ ਰਚਨਾ ਤਵਾਰੀਖੇ ਪੰਜਾਬ ਬੂਟੇ ਸ਼ਾਹ ਨੇ ਲਿਖੀ ਹੈ ਜੀ ਚਾਰ ਬਾਗ ਹੈ ਪੰਜਾਬ ਗਣੇਸ਼ ਦਾਸ ਬਡੇ ਬਡੇਹਰਾ ਨੇ 1855 ਦੇ ਵਿੱਚ ਲਿਖੇ ਇਸ ਤੋਂ ਇਲਾਵਾ ਪੱਟਵਈਆਂ ਦੀ ਖੋਜ ਆ ਜਿਹੜੀ ਗਿਆਨੀ ਗਰਜਾ ਸਿੰਘ ਨੇ ਕੀਤੀ ਸੀ ਗਿਆਨੀ ਗਰਜਾ ਸਿੰਘ ਨੇ ਪੱਟਵਈਆਂ ਦੀ ਖੋਜ ਕੀਤੀ ਜਿਸ ਤੋਂ ਸਾਨੂੰ 6ਵੇਂ 9ਵੇਂ ਤੇ 10ਵੇਂ ਗੁਰੂਆਂ ਦੇ ਬਾਰੇ ਜਾਣਕਾਰੀ ਮਿਲਦੀ ਆ ਤੇ ਪੱਟਾਂ ਦਾ ਸੰਕਲਿਤ ਵਿਊਰਾਗਾ ਜਿਹੜਾ ਸਾਨੂੰ ਮਿਲਦਾ ਹੈ ਖਾਲਸਾ ਦਰਬਾਰ ਰਿਕਾਰਡ ਦਾ ਸੰਮਿਲ ਸੰਕਲਨ ਜਿਹੜਾ ਖਾਲਸਾ ਦਰਬਾਰ ਰਿਕਾਰਡ ਦਾ ਸੰਕਲਨ 1919 ਦੇ ਵਿੱਚ ਹੋਇਆ ਤੇ ਇਹ ਕੀਤਾ ਸੀ ਜੀ ਸੀਤਾਰਾਮ ਕੋਲੀ ਨੇ ਭਾਸ਼ਾ ਇਹਦੀ ਫਾਰਸੀ ਜਾਣਕਾਰੀ ਮਿਲਦੀ ਆ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅੰਗਰੇਜ਼ ਯਾਤਰੀ ਆਏ ਜੀ ਜੋ ਉਹਨਾਂ ਨੇ ਵੀ ਪੰਜਾਬ ਦੇ ਇਤਿਹਾਸ ਦੇ ਬਾਰੇ ਲਿਖਿਆ ਜਿਵੇਂ ਜੋਰਜ ਫੌਰਸਟਰ ਐਚਟੀ ਪ੍ਰਿੰਸੇਪ ਬੈਰਨ ਚਾਰਲਸ ਹਿਊਗਲ ਅਲੈਗਜ਼ੈਂਡਰ ਵਾਰਨਸ ਜੋ ਕਿ ਯਾਤਰੀ ਹੈ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਇਤਿਹਾਸ ਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਹਾਂਜੀ ਇੱਕ ਉਸ ਵਰਨ ਰਾਈਟਰ ਹੋਏ ਨੇ ਵਿਦਵਾਨ ਹੋਏ ਨੇ ਇੰਗਲਿਸ਼ ਜਿਨ੍ਹਾਂ ਦੀ ਪੁਸਤਕ ਹੈ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ ਆ ਜਿਸ ਤੋਂ ਸਾਨੂੰ ਰਣਜੀਤ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਇਸ ਤੋਂ ਇਲਾਵਾ ਕਨਿੰਗਮ ਨੇ ਲਿਖੀ ਜੀ ਹਿਸਟਰੀ ਆਫ ਸਿੱਖ ਜਿਸ ਤੋਂ ਸਾਨੂੰ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਆ ਸਿੱਖਾਂ ਦੇ ਸਭ ਤੋਂ ਪਹਿਲਾਂ ਜਿਹੜੇ ਸਿੱਕੇ ਚਲਾਏ ਸੀ ਉਹ ਬੰਦਾ ਬਹਾਦਰ ਜੀ ਨੇ ਚਲਾਏ ਸੀ ਜਾਰੀ ਕੀਤੇ ਸੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਜੀ ਦੇ ਨਾਂ ਤੇ 18ਵੀਂ ਤੋਂ 18ਵੀਂ ਤੇ 19ਵੀਂ ਸਦੀ ਦੇ ਪਹਿਲੇ ਅੱਧ ਦੇ ਪੰਜਾਬ ਵਿੱਚ ਚਾਰ ਸ਼ਾਸਕਾਂ ਦੇ ਸਿੱਕੇ ਮਿਲਦੇ ਆ ਜੀ ਸਾਨੂੰ 18ਵੀਂ ਤੇ 19ਵੀਂ ਸਦੀ ਦੇ ਪਹਿਲੇ ਅੱਧ ਤੱਕ ਬੰਦਾ ਬਹਾਦਰ ਬੰਦਾ ਸਿੰਘ ਬਹਾਦਰ ਅਹਿਮਦ ਸ਼ਾਹ ਅਵਦਾਲੀ ਜੱਸਾ ਸਿੰਘ ਆਲੂਵਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਦੀ 16ਵੀਂ ਸਦੀ ਦੇ ਆਰੰਭ ਨੂੰ ਆਪਾਂ ਮੰਨਦੇ ਆ ਉਹਦਾ ਮਤਲਬ ਹੈ 1500 ਈਸਵੀ ਤੱਕ ਦੇ ਸਮੇਂ ਤੋਂ 16ਵੀਂ ਸਦੀ ਦੇ ਆਰੰਭ ਤੋਂ ਪਾਫ 1500 ਈਸਵੀ ਦੇ ਸਮੇਂ ਤੋਂ ਹੈ ਗੁਰੂ ਨਾਨਕ ਸਮੇਂ ਦਿੱਲੀ ਤੇ ਜੇਕਰ ਆਪਾਂ ਗੱਲ ਕਰੀਏ ਉਸ ਸਮੇਂ ਕਬਜ਼ਾ ਸੀ ਲੋਧੀ ਵਾਂਛ ਦਾ ਸੁਲਤਾਨ ਬਹਿਲੋਲ ਸ਼ਾ ਸੁਲਤਾਨ ਬਹਿਲੋਲ ਸ਼ਾ ਸੀ ਉਹਦਾ ਦਿੱਲੀ ਤੇ ਉਸ ਸਮੇਂ ਕਬਜ਼ਾ ਸੀ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਜਿਹੜਾ ਸ਼ਾਸਕ ਸੀ ਪੰਜਾਬ ਦਾ ਸ਼ਾਸਕ ਸੀ ਜੀ ਉਸ ਦੀ ਗੱਲ ਕਰ ਰਹੇ ਹਾਂ 16ਵੀਂ ਸਦੀ ਦੇ ਆਰੰਭ ਵਿੱਚ ਉਸੀ ਦੌਲਤਖਾਂ ਲੋਧੀ ਸਿਕੰਦਰ ਲੋਧੀ ਦਾ ਉਸ ਸਮੇਂ ਭਾਰਤ ਦਾ ਸੁਲਤਾਨ ਸੀ ਜੋ ਕਿ 1499 ਤੋਂ ਲੈ ਕੇ 1517 ਤੱਕ ਦਾ ਤੱਕ ਰਿਹਾ ਸਿਕੰਦਰ ਲੋਧੀ ਇਬਰਾਹਿਮ ਲੋਧੀ ਸੀ ਜੋ ਅੰਤਮ ਸ਼ਾਸਕ ਸੀਗਾ ਲੋਧੀ ਵੰਸ਼ ਦਾ ਤੇ ਇਹ ਰਿਹਾ ਸੀ ਜੀ 1517 ਤੋਂ 1526 ਵਿੱਚ ਤੱਕ ਦੌਲਤ ਖਾਨ ਲੋਧੀ ਸੀ ਜੋ ਪੰਜਾਬ ਦਾ ਸੂਬੇਦਾਰ ਸੀ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਸੀ ਜੀ ਇਹ 1500 ਤੋਂ 1525 ਤੱਕ ਇਹੇ ਰਿਹਾ ਤੇ ਇਹ ਬਾਬਰ ਤੋਂ ਹਾਰ ਗਿਆ ਸੀਗਾ ਇਹਦੇ ਪੁੱਤਰ ਸੀ ਕਾਜੀ ਖਾਂ ਹਾਜੀ ਖਾਂ ਤੇ ਦਲਾਵਰ ਖਾਂ ਦੌਲਤ ਖਾਂ ਲੋਧੀ ਦੀ ਗੱਲ ਕਰ ਰਹੇ ਆਂ ਆਪਾਂ ਜੋ ਪੰਜਾਬ ਦਾ ਸੂਬੇਦਾਰ ਸੀ ਦੌਲਤ ਖਾਂ ਲੋਧੀ ਹੈ ਜਿਹੜਾ ਉਸਨੇ ਇਬਰਾਹਿਮ ਲੋਧੀ ਕੋਲ ਆਪਣੇ ਪੁੱਤਰ ਦਲਾਵਰ ਖਾਂ ਨੂੰ ਭੇਜਦਾ ਕਿਉਂ ਤੀਜਾ ਸੀ ਉਸਨੇ ਕਿਉਂਕਿ ਜਿਹੜਾ ਇਬਰਾਹਿਮ ਲੋਧੀ ਸੀ ਉਸ ਸਮੇਂ ਸ਼ਾਸਕ ਸੀ ਦਿੱਲੀ ਤੋਂ ਠੀਕ ਹੈ ਮਤਲਬ ਕਿ ਭਾਰਤ ਦਾ ਸ਼ਾਸਕ ਇਬਰਾਹਿਮ ਲੋਧੀ ਸੀ ਤੇ ਦੌਲਤਖਾਨ ਲੋਧੀ ਪੰਜਾਬ ਦਾ ਸੀ ਤਾਂ ਉਹ ਦੌਲਤਖਾਨ ਲੋਧੀ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ਜਿਸ ਦੇ ਕਰਕੇ ਉਹ ਇਧਰ ਉਧਰ ਗਲਤ ਕੰਮ ਵੀ ਕਰਦਾ ਰਹਿੰਦਾ ਸੀ ਤਾਂ ਇਬਰਾਹਿਮ ਲੋਧੀ ਸੀਗਾ ਜਿਹੜਾ ਉਸੇ ਇਸ ਨੂੰ ਬੁਲਾਇਆ ਸੀ ਦਿੱਲੀ ਬਟ ਇਹਨੂੰ ਪਤਾ ਸੀ ਕਿ ਮੇਰੀਆਂ ਗਲਤ ਜਿਹੜੀਆਂ ਨੀਤੀਆਂ ਉਹਦਾ ਇਬਰਾਹਿਮ ਲੋਧੀ ਨੂੰ ਪਤਾ ਚੱਲ ਗਿਆ ਤਾਂ ਉਹਨੂੰ ਸਜ਼ਾ ਦੇਊਗਾ ਤਾਂ ਉਹਨੇ ਆਪਣੇ ਪੁੱਤਰ ਦਲਾਵਰ ਖਾਨ ਨੂੰ ਦਿੱਲੀ ਭੇਜ ਦਿੰਦਾ ਹੈ ਉਹਦੇ ਕੋਲ ਤੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦੇ ਦੇਂਦਾ ਇਬਰਾਹਿਮ ਲੋਦੀ ਦੇ ਵਿਰੁੱਧ ਦੌਲਤ ਖਾਨ ਲੋਦੀ ਆਲਮ ਖਾਨ ਇਬਰਾਹਿਮ ਲੋਦੀ ਦਾ ਮਤਰੀਆ ਪ੍ਰਾਸੀ ਜੀ ਕਈ ਵਾਰ ਪੁੱਛ ਲੈਂਦੇ ਨੇ ਪੰਜਾਬ ਦਾ ਟਿਕੋਣਾ ਜੁੱਧ ਜਿਹੜਾ ਸ਼ੁਰੂ ਹੋ ਜਾਂਦਾ ਇੱਥੋਂ ਪੰਜਾਬ ਦੇ ਵਿੱਚ ਤੰਗੋਣਾ ਸੰਘਰਸ਼ ਬਹੁਤ ਵਾਰੀ ਕੁਐਸਚਨ ਆਇਆ ਪੰਜਾਬ ਵਿੱਚ ਜੋ ਚੱਲਿਆ ਦੌਲਤ ਖਾਨ ਲੋਦੀ ਬਾਬਰ ਤੇ ਇਬਰਾਹਿਮ ਲੋਦੀ ਜਿਹੜਾ ਦੌਲਤ ਖਾਨ ਪੰਜਾਬ ਦਾ ਸੀ ਇਬਰਾਹਿਮ ਲਾਲ ਇਬਰਾਹਿਮ ਲੋਦੀ ਉਸ ਸਮੇਂ ਭਾਰਤ ਦਾ ਸੀ ਸ਼ਾਸਕ ਤੇ ਇਹਨੇ ਇਸ ਨੂੰ ਹਰਾਉਣ ਦੇ ਲਈ ਬਾਬਰ ਨੂੰ ਕਹਤਾ ਸੀ ਵੀ ਤੂੰ ਆ ਕੇ ਜਿਹੜਾ ਭਾਰਤ ਤੇ ਹਮਲਾ ਕਰ ਦੇ ਜਿਹੜਾ ਬਾਬਰ ਆ ਉਹ ਜੇਤੂ ਰਹਿੰਦਾ ਸਤਕੋਨੇ ਸਿੰਘ ਅਰਸ਼ ਦੇ ਵਿੱਚ 1519 ਤੋਂ 1526 ਤੱਕ ਦੇ ਸਮੇਂ ਇਹ ਲੜਾਈਆਂ ਹੋਈਆਂ ਹਾਂਜੀ ਬਾਬਰ ਆ ਜੋ ਕਾਬਲ ਦਾ ਸਾਸਕ ਸੀ ਉਸਨੇ ਪੰਜਾਬ ਤੇ ਜਿਹੜਾ ਹਮਲਾ ਕੀਤਾ ਪਹਿਲੀ ਵਾਰ 1519 ਵਿੱਚ ਉਦੋਂ ਸਮੇਂ ਉਸਨੇ ਸੀਮਾ ਵਰਤੀ ਇਲਾਕਿਆਂ ਤੇ ਜਿਹੜਾ ਹਮਲਾ ਕੀਤਾ 1519 ਦੇ ਵਿੱਚ ਇਸਨੇ ਪੇਰਾਤੀ ਬਜੌਰ ਆ ਜਿਹੜਾ ਉਸਦੇ ਉੱਪਰ ਹਮਲਾ ਕੀਤਾ Hindu ਵੇਗ ਸੀਗਾ ਜੋ ਉਸਨੂੰ ਹਰਾ ਦਿੰਦਾ ਹੈ ਤੇ 3rd ਹਮਲਾ ਜੀ ਜਿਹੜਾ ਉਸਨੇ 1520-21 ਦੇ ਵਿੱਚ ਕੀਤਾ ਚੌਥਾ ਜੀ ਉਸਨੇ 1524 ਵਿੱਚ ਤੇ ਪੰਜਵਾਂ 1525 ਤੋਂ ਲੈ ਕੇ 26 ਦੇ ਦੌਰਾਨ ਕੀਤਾ ਬਾਵਰ ਦੇ ਹਮਲੇ ਸਮੇਂ ਪੰਜਾਬ ਦਾ ਗਵਰਨਰ ਦੌਲਤਖਾਨ ਲੋਧੀ ਸੀ ਆਪਾਂ ਕਹਾਈ ਚੁੱਕੇ ਆ ਬਾਬਰ ਦੇ ਕਿੰਵੇਂ ਹਮਲੇ ਨੂੰ ਪਾਪ ਦੀ ਜੰਜ ਕਿਹਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਉਸਦੇ ਤੀਸਰੇ ਹਮਲੇ ਨੂੰ ਪਾਪ ਦੀ ਜੰਜ ਕਿਹਾ 1520 ਦੇ ਵਿੱਚ ਸੈਦਪੁਰ ਵਿੱਚ ਇਸ ਨੇ ਸੈਦਪੁਰ ਨੂੰ ਐਮਨਾਬਾਦ ਵੀ ਕਹ ਲਿਆ ਜਾਂਦਾ ਉਸ ਸਮੇ ਗੁਰੂ ਨਾਨਕ ਦੇਵ ਜੀ ਨੂੰ ਵੀ ਇਸ ਨੇ ਉਸ ਹਮਲੇ ਦੇ ਦੌਰਾਨ ਗ੍ਰਿਫਤਾਰ ਕਰ ਲੈਂਦਾ ਜੀ ਨੈਕਸਟ ਹੈ ਜੀ ਪਾਣੀਪਤ ਦੀ ਲੜਾਈ ਪਾਣੀਪਤ ਦੀ ਲੜਾਈ ਜੋ ਹੋਈ ਹੈ 1526 ਜੋ ਹੋਈ 21 ਅਪ੍ਰੈਲ 1526 ਨੂੰ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਜਿਦੇ ਵਿੱਚ ਬਾਬਰ ਜੇਤੂ ਹੋ ਜਾਂਦਾ ਜੀ ਬਾਬਰ ਦਾ ਜੋ ਪੂਰਾ ਨਾਮ ਸੀ ਉਹ ਸੀ ਜ਼ਹੀਰ ਉਦਦੀਨ ਮੁਹੰਮਦ ਬਾਬਰ ਲੋਧੀ ਵੰਸ਼ ਦਾ ਉਹ ਬਿਲਕੁਲ ਹੀ ਖਾਤਮਾ ਕਰ ਦਿੰਦਾ ਤੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੁਗਲ ਵੰਸ਼ ਦੀ ਜਿਹੜੀ ਸਥਾਪਨਾ ਹੋ ਜਾਂਦੀ ਆ ਤੇ ਉਸ ਸਮੇਂ ਜਿਹੜੇ ਮੁਗਲ ਸਾਮਰਾਜ ਸੀਗਾ ਉਸ ਸਮੇਂ ਦੋ ਵਰਗਾਂ ਦੇ ਵਿੱਚ ਵੰਡ ਕੀਤੀ ਹੋਈ ਸੀ ਮੁਸਲਿਮ ਤੇ ਹਿੰਦੂ ਮੁਸਲਿਮ ਸਮਾਜ ਸਿਗਾ ਉਹਦੀ ਅੱਗੇ ਜਿਹੜੀ ਵੰਡ ਸੀਗੀ ਉਹ ਤਿੰਨ ਭਾਗਾਂ ਚ ਸੀ ਉੱਚ ਸ਼੍ਰੇਣੀ ਮੱਧ ਸ਼੍ਰੇਣੀ ਤੇ ਨੀਵੀਂ ਸ਼੍ਰੇਣੀ ਜਿਹੜੇ ਉੱਚ ਸ਼੍ਰੇਣੀ ਉਸ ਦੇ ਵਿੱਚ ਮਾਲਿਕ ਇਕਦਾਰ ਅਮੀਰ ਖਾਨ ਉਲਮਾ ਕਾਜੀ ਆ ਜਾਂਦੇ ਸੀ ਤੇ ਮੱਧ ਸ਼੍ਰੇਣੀ ਵਿੱਚ ਸੈਨਿਕ ਵਪਾਰੀ ਕਿਸਾਨ ਕਿਸਾਨ ਛੋਟੇ ਵੱਡੇ ਕਰਮਚਾਰੀ ਆ ਜਾਂਦੇ ਸੀ ਨੀਵੀਂ ਸ਼੍ਰੇਣੀ ਵਿੱਚ ਦਾਸ ਦਾਸੀਆਂ ਨੌਕਰ ਤੇ ਕਾਮੇ ਆ ਜਾਂਦੇ ਸੀ ਹੁਣ ਆਪਾਂ ਜੇਕਰ ਗੱਲ ਕਰੀਏ Hindu ਸਮਾਜ ਦੀ ਮੁਗਲ ਸਾਮਰਾਜ ਦੇ ਸਮੇਂ ਤਾਂ ਸੀ ਜੀ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸੂਦਰ ਬਰਾਈਆਂ ਸੀਗੀਆਂ ਉਸ ਸਮੇਂ ਪ੍ਰਚਲਿਤ ਬਾਲ ਵਿਆ ਕੁੜੀ ਹੱਤਿਆ ਪਰਦਾ ਪ੍ਰਥਾ ਤੇ ਸਤੀ ਪ੍ਰਥਾ ਮੁਸਲਮਾਨ ਦੇ ਜਿਹੜੇ ਸਿੱਖਿਆ ਕੇਂਦਰ ਸੀ ਉਹ ਸੀਗੇ ਮਲਤਾਨ ਜਲੰਧਰ ਸਮਾਣਾ ਸੁਲਤਾਨਪੁਰ ਤੇ ਮਸਜਿਦਾਂ ਤੇ ਮੱਕਦਮਿਆਂ ਵਿੱਚ ਜਿਹੜੇ ਬੱਚੇ ਪੜਨ ਜਾਂਦੇ ਸੀ ਇਹਨਾਂ ਦੇ ਹਿੰਦੂਆਂ ਦੇ ਬੱਚੇ ਜਿਹੜੇ ਪੜ੍ਹਦੇ ਹੁੰਦੇ ਸੀ ਮੰਦਰਾਂ ਤੇ ਪਾਠਸ਼ਾਲਾਵਾਂ ਦੇ ਵਿੱਚ ਇਕਤਦਾਰ ਹੁੰਦਾ ਸੀ ਉਹ ਉੱਚ ਅਧਿਕਾਰੀ ਸਨ ਜੋ ਜਿਨ੍ਹਾਂ ਨੂੰ ਉਹਨਾਂ ਦੀ ਇਸਬਾਹਮਾ ਬਦਲੇ ਕੁਝ ਕਰਮੁਕਤ ਜ਼ਮੀਨ ਦਿੱਤੀ ਜਾਂਦੀ ਸੀ ਜਜ਼ੀਆ ਕਰ ਇੱਕ ਧਾਰਮਿਕ ਕਰ ਸੀਗਾ ਜਜ਼ੀਆ ਜੋ ਕਿ ਗੈਰ ਮੁਸਲਮਾਨਾਂ ਤੋਂ ਵਸੂਲ ਕੀਤਾ ਜਾਂਦਾ ਸੀ ਤੇ ਉਹਦੇ ਰਜਾਨੇ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਸੀ ਉਹਨਾਂ ਦੀ ਜਿਹੜੀ ਮਤਲਬ ਥੋੜੀ ਸਿਕਿਉਰਿਟੀ ਹੈ ਜਿਹੜੀ ਪੱਕੀ ਕਰ ਦਿੱਤੀ ਕਿ ਮਤਲਬ ਸੇਫਟੀ ਦਿੱਤੀ ਜਾਂਦੀ ਸੀ ਉਹਨਾਂ ਨੂੰ 16ਵੀਂ ਸਦੀ ਦੇ ਆਰੰਭ ਵਿੱਚ ਵਪਾਰਿਕ ਕੇਂਦਰ ਸੀ ਲਾਹੌਰ, ਪੇਸ਼ਾਵਰ ਤੇ ਅੰਮ੍ਰਿਤਸਰ ਵਪਾਰਿਕ ਸ਼੍ਰੇਣੀਆਂ ਸੀਗੀਆਂ ਮਹਾਜਨ, ਸੂਦ, ਅਰੋੜੇ ਤੇ ਖੋਜੇ ਵਿਦੇਸ਼ੀ ਵਪਾਰ ਹੁੰਦਾ ਸੀ ਅਫਗਾਨਿਸਤਾਨ ਤੇਜੀ ਈਰਾਨ ਨਾਲ ਹਿੰਦੂਆਂ ਦੀਆਂ ਮੁੱਖ ਸੰਪਰਦਾਵਾਂ ਸੀਗੀਆਂ ਉਸ ਸਮੇਂ ਤਿੰਨ ਸੈਵ ਮਤ, ਵੈਸ਼ਨਵ ਮਤ ਤੇ ਸ਼ਕਤੀਮਤ ਸੈਵ ਵਾਲੇ ਸੀ ਸਿੱਪ ਦੇ ਪੁਜਾਰੀ ਕੰਨਾਂ ਵਿੱਚ ਵੱਡੀਆਂ-ਵੱਡੀਆਂ ਮੁੰਦਰਾ ਪਾਉਂਦੇ ਸੀ ਵਿਸ਼ਨੂ ਸੀ ਤੇ ਉਸ ਦੇ ਅਵਤਾਰ ਵਿਸ਼ਨੂ ਸੀ ਜੋ ਵੈਸ਼ਨਵ ਮਤ ਵਾਲੇ ਵਿਸ਼ਨੂ ਤੇ ਉਸ ਦੇ ਉਤਾਰਾ ਨੂੰ ਮੰਨਦੇ ਸੀ ਸ਼ਰਾਬ ਤੇ ਮੀਟ ਦੇ ਬਿਲਕੁਲ ਅੰਗੇਂਸਟ ਸੀ ਵਿਰੋਧ ਸੀ ਜੀ ਇਹ ਸ਼ਕਤੀ ਦੀ ਵਰਤੋਂ ਕਰਦੇ ਸੀ ਸ਼ਕਤੀ ਮੱਤ ਵਾਲੇ ਸੀ ਉਹ ਸੀ ਜੀ ਦੁਰਗਾ ਕਾਲੀ ਦੇਵੀ ਦੀ ਪੂਜਾ ਕਰਦੇ ਸੀ ਤੇ ਮੱਤ ਦੇਵੀਆਂ ਨੂੰ ਖੁਸ਼ ਕਰਨ ਦੇ ਲਈ ਪਸ਼ੂਆਂ ਦੀ ਬਲੀ ਦਿੰਦੇ ਸੀ ਜੋਗੀਆਂ ਦੀਆਂ ਦੋਸਖਾਵਾਂ ਸੀ ਉਸ ਸਮੇਂ ਨਾਥ ਪੰਥੀ ਗੋਰਖ ਪੰਥੀ ਸੂਫੀਆਂ ਦੀਆਂ ਦੋ ਸੰਖਾਵਾਂ ਸੀ ਸੰਪਰਦਾਮਾ ਸੀ ਚਿਸਤੀ ਤੇ ਸੋਰਾਵਰਦੀ ਕੇਂਦਰ ਸੀ ਇਹਨਾਂ ਦੇ ਸੂਫੀਆਂ ਦੇ ਥਨੇਸ਼ਰ ਹਾਂਸੀ ਨਾਰਨੌਲ ਤੇ ਪਾਣੀਪੱਤ ਚਿਸਤੀ ਸੰਪਰਦਾਏ ਦੇ ਜਿਹੜੇ ਮੁਖੀ ਸੀਗੇ ਸੰਸਥਾਪਕ ਸੀ ਉਸ ਖਵਾਜਾ ਮਯੂਦੀਨ ਚਿਸਤੀ ਤੇ ਸੌਹਰਾਵਰਦੀ ਹੁੰਦੇ ਸੰਸਥਾਪਕ ਸੀ ਜੀ ਸੇਖ ਬਹੀਉਦੀਨ ਜਕਰਿਆ ਮੁਸਲਮਾਨ ਅਧਿ ਉਸ ਸਮੇਂ ਦੋ ਸੰਪਰਦਾਮਾਂ ਸੀ ਸਿਆ ਤੇ ਸੁੰਨੀ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਸਿੱਖ ਧਰਮ ਦੇ ਬਾਰੇ ਸਿੱਖ ਗੁਰੂਆਂ ਦੇ ਬਾਰੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਿੱਖ ਧਰਮ ਦੇ ਬਾਨੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਹੋਇਆ ਜੀ 1469 ਰਾਇਪੋਇ ਦੀ ਤਲਵੰਡੀ ਜ਼ਿਲ੍ਹਾ ਤੋਂ ਖੂਪਰਾ ਪਾਕਿਸਤਾਨ ਦੇ ਵਿੱਚ ਅੱਜ ਕੱਲ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਦੇ ਆਪਾਂ ਮਾਤਾ ਤ੍ਰਿਪਤਾ ਦੇ ਵੀ ਪਿਤਾ ਮਹਿਤਾ ਕਾਲੂ ਭੈਣ ਨਾਨਕੀ ਸੀ ਤੇ ਵੈਦੀ ਜਾਤੀ ਦੇ ਖੱਤਰੀ ਪਰਿਵਾਰ ਨਾਲ ਇਹ ਸਬੰਧਤ ਸੀਗੇ ਪਿਤਾ ਇਹਨਾਂ ਦੇ ਤਲਵੰਡੀ ਦੇ ਪਟਵਾਰੀ ਸੀਗੇ ਪਤਨੀ ਸੀ ਸੁਲੱਖਣੀ ਬਚਪਨ ਦੇ ਇਹਨਾਂ ਦੇ ਅਧਿਆਪਕ ਸੀ ਪੰਡਤ ਕੋਪਾਲ ਤੇ ਕਾਜੀ ਰੁਕਨਦੀਨ ਪੁੱਤਰ ਸੀ ਸ੍ਰੀ ਚੰਦ ਤੇ ਲਖਮੀ ਦਾਸ ਸultanpur Lodhi ਵਿਖੇ ਇਹਨਾਂ ਨੇ ਮੋਦੀਖਾਨੇ ਦੇ ਵਿੱਚ ਕੰਮ ਕੀਤਾ ਇਹਨਾਂ ਦਾ ਜੋ ਜੀਜਾ ਜੀ ਸੀ ਉਹਨਾਂ ਦਾ ਨਾਮ ਸੀ ਜੈਰਾਮ ਉਹਨਾਂ ਦੇ ਕੋਲ ਹੀ ਮੋਦੀਖਾਨੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਆਰੰਭਿਕ ਕਾਲ ਨਾਲ ਸੰਬੰਧਿਤ ਜੇਕਰ ਸਥਾਨ ਪੁੱਛਦੇ ਆ ਤਾਂ ਜਿਉਂ ਤਲਵੰਡੀ ਤੇ ਸultanpur Lodhi ਆਉਣਗੇ ਗਿਆਨ ਦੀ ਪ੍ਰਾਪਤੀ ਹੋਈ ਜਿ ਇਹਨਾਂ ਨੂੰ ਵੇਈ ਨਦੀ ਦੇਗਨਾਰੇ 1499 ਵਿੱਚ ਵੇਈ ਨਦੀ ਵਿਖੇ ਸultanpur ਸਥਾਨ ਸੀਗਾ ਜੀ ਬਈ ਨਦੀ ਤਾਨਪੁਰ ਵਿਖੇ ਜੀ ਪਹਿਲੇ ਸ਼ਬਦ ਜਿਹੜੇ ਇਹਨਾਂ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਬੋਲੇ ਜੀ ਪੁਕਾਰੀ ਸੀ ਉਸੇ ਨਾਂ ਕੋ ਹਿੰਦੂ ਨਾ ਕੋ ਮੁਸਲਮਾਨ ਉਦਾਸੀਆਂ ਇਹਨਾਂ ਨੇ ਕੀਤੀਆਂ ਚਾਰ ਜਿਹੜੀ ਪਹਿਲੀ ਉਦਾਸੀ ਇਹਨਾਂ ਦੀ ਸ਼ੁਰੂ ਹੁੰਦੀ ਹੈ 41492 ਵਿੱਚ ਸੈਦਪੁਰ ਤੋਂ ਸ਼ੁਰੂ ਕੀਤੀ 21 ਬਰੇ ਜਿਹੜੀ ਇਹਨਾਂ ਨੇ ਉਦਾਸੀ ਕੀਤੀ ਸੀ ਉਦਾਸੀਆਂ ਦਰਨ ਭਾਈ ਮਰਦਾਨਾ ਜੀ ਨਾਲ ਗਏ ਸੀ ਸਾਜ਼ ਵਜਾਉਂਦੇ ਸੀ ਜੀ ਭਾਈ ਮਰਦਾਨਾ ਜੀ ਰਬਾਬ ਇਹਨਾਂ ਦਾ ਜੋ ਪਹਿਲਾ ਸੀਸ ਜੀ OC ਪਾਈ ਲਾਲੋ ਸੈਦਪੁਰ ਐਮਨਾਬਾਦ ਦੇ ਰਹਿਣ ਵਾਲਾ ਸੀ ਭੋਜਨ ਕਰਨ ਤੋਂ ਇਨਕਾਰ ਕੀਤਾ ਸੀ ਇਹਨਾਂ ਨੇ ਮਲਿਕ ਭਾਗੋ ਦੇ ਘਰ ਗੋਰਖ ਮਤਾ ਦਾ ਨਾਂ ਨਾਨਕ ਮਤਾ ਜੀ ਇਹਨਾਂ ਦੇ ਕਰ ਕੀ ਪਿਆ ਕਿਉਂਕਿ ਉੱਥੇ ਗੋਰਖਾਂ ਦੇ ਨਾਲ ਆਪਾਂ ਕਹਿੰਦੀ ਇਹਨਾਂ ਦੀ ਬਾਰਤਾਲਾਪ ਹੁੰਦੀ ਆ ਗੋਰਖ ਮਤ ਵਾਲਿਆਂ ਨਾਲ ਹਾਂਜੀ ਇਹਨਾਂ ਦਾ ਸਮਾਂ ਸੀ ਜੀ 1539 ਤੋਂ 1552 ਤੱਕ ਦਾ ਓ ਸੌਰੀ ਉਸੋ ਅਗਲਾ ਪੇਜ ਓਪਨ ਹੋ ਗਿਆ ਸੀ ਜੀ ਅ ਤੁਬਰੀ ਚ ਮਹਾਨ ਭਗਤ ਸੰਕਰਦੇਵ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਆ ਕਈ ਵਾਰ ਪੁੱਛ ਲੈਂਦੇ ਨੇ ਕਿ ਤੁਬਰੀ ਵਿੱਚ ਕਿਹੜੇ ਮਹਾਨ ਭਗਤ ਨੂੰ ਗੁਰੂ ਨਾਨਕ ਦੇਵ ਜੀ ਮਿਲੇ ਸੀ ਤਾਂ ਉਹ ਸੀ ਜੀ ਸੰਕਰਦੇਵ ਨੂਰ ਸ਼ਾਹੀ ਸੀ ਜੋ ਕਾਮਰੂਦੀ ਜਾਦੂਗਰਨੀਆ ਉਸ ਨਾਲ ਵੀ ਇਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਜੀ ਬਨਾਰਸ ਚ ਇਹਨਾਂ ਨੂੰ ਮਿਲੇ ਸੀ ਪੰਡਤ ਚਤਰਦਾਸ ਜਿੰਨਾਂ ਨਾਲ ਇਹਨਾਂ ਦਾ ਕਾਫੀ ਬਾਦ ਵਿਵਾਦ ਹੋਇਆ ਚਤਨਿਆ ਮਹ ਨੂੰ ਮਹਾ ਪ੍ਰਭੂ ਸੀ ਉਹਨਾਂ ਨਾਲ ਮੁਲਾਕਾਤ ਹੋਈ ਜੀ 1510 ਵਿੱਚ ਜਗਨਨਾਥਪੁਰੀ ਅੜੀਸਾ ਚ ਜਿੱਥੇ ਹੀ ਆਰਤੀ ਦੀ ਜਿਹੜੀ ਆਪਾਂ ਕਹਿੰਦੀ ਹੈ ਰਚਨਾ ਕੀਤੀ ਗਈ ਆਰਤੀ ਦੇ ਇਥੇ ਨਾਉਣੇ ਸਹੀ ਅਰਥ ਦੱਸਿਆ ਲੰਕਾ ਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਉੱਥੋਂ ਦੇ ਸ਼ਾਸਕ ਸਿਵਨਾਥ ਨਾਲ ਮੱਕਾ ਮਦੀਨਾ ਬਗਦਾਦ ਗਏ ਹੈ ਜੋ ਕਿ ਮੁਸਲਮਾਨਾਂ ਨਾਲ ਸੰਬੰਧਿਤ ਸਥਾਨ ਨੇ ਤੀਜੀ ਉਦਾਸੀ ਦੇ ਸਮੇ ਗਏ ਸੀ ਆਵੇ ਵੱਲ ਪੈਰ ਕਰਨ ਵਾਲੀ ਸਾਖੀ ਤੁਸੀਂ ਸਾਰਿਆਂ ਨੇ ਘਟਨਾ ਸੁਣੀ ਹੋਣੀ ਆ ਉਹ ਮੱਕੇ ਚ ਹੋਈ ਸੀ ਬਗਦਾਦ ਚ ਸੇਗ ਬਹਿਲੋਲ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਹਸਨ ਅਬਦਾਲ ਚ ਬੜੀ ਕੰਦਾਰੀ ਨਾਲ ਤੇ 1520 ਈਸਵੀ ਵਿੱਚ ਸੈਦਪੁਰ ਐਮਣਾ ਆ ਬਾਦ ਦੇ ਵਿੱਚ ਬਾਬਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਿਆ ਕਰ ਲਿਆ ਸੀ ਆਪਾਂ 올 ਰੈਡੀ ਕਰ ਚੁੱਕਿਆ ਸਮ ਕਲੀਨ ਜਿਹੜੇ ਇਹਨਾਂ ਦੇ ਮੁਗਲ ਬਾਦਸ਼ਾਹ ਸੀ ਪਤੇ ਚਲ ਚੁੱਕਿਆ ਤੁਹਾਨੂੰ ਬਾਬਰ ਸੀ ਤਿੰਨ ਬਾਣੀਆਂ ਸੀ ਜੀ ਜਪਜੀ ਸਾਹਿਬ ਜੋ ਕਿ 1 ਤੋਂ ਲੈ ਕੇ 8 ਅੰਗ ਤੱਕ ਨੇ ਜੀ ਦੂਸਰੀ ਮਹਾ ਬਾਰਮਹਾ ਤੁਖਾਰੀ ਰਾਗ ਚਜੋ ਸਿੱਧ ਗੋਸਟ ਆਸਾ ਦੀ ਵਾਰ ਆਰਤੀ ਅਲਾਉਣੀਆ 976 ਸ਼ਬਦ ਨੇ ਜਿਨ੍ਹਾਂ ਦੇ ਅਦ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਾਰਾਂ ਨੇ ਬਾਸਦੀਬ ਬਾਰ ਬਲਾਰ ਦੀ ਵਾਰ ਤੇ ਆਸਾ ਦੀ ਵਾਰ ਤੇ ਇਸ ਤੋਂ ਇਲਾਵਾ ਬਾਬਰ ਬਾਣੀ ਕਾਫੀਆਂ 6 ਤਿੰਨ ਸੁਹੀ ਰਾਗ ਚ ਤੇ ਤਿੰਨ ਰਾਗ ਮਾਰੂਚ ਦੀ ਸਥਿਤੀ ਪੈਰੇ ਸੋਹਲੇ ਪੱਟੀ ਦੱਖਣੀ ਓਂਕਾਰ ਤੇ 15 349 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਸੀ ਗਏ ਜੀ ਕਰਤਾਰਪੁਰ ਪਾਕਿਸਤਾਨ ਵਿਖੇ ਅੱਜ ਦੀ ਕਲਾਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਕਿਉਂਕਿ ਇੱਕ ਤਾਂ ਕਲਾਸ ਲੈਂਥੀ ਬਹੁਤ ਬਹੁਤ ਜ਼ਿਆਦਾ ਹੋ ਜਾਵੇਗੀ ਤਾਂ ਕੱਲ ਨੂੰ ਹੋ ਸਕਦਾ ਇੱਕ ਘੰਟੇ ਜਾਂ ਡੇਢ ਘੰਟੇ ਦੀ ਜਿਹੜੀ ਕਲਾਸ ਆ ਉਹ ਬਣਾਈ ਜਾਵੇ ਤਾਂ ਪਲੀਜ਼ ਤੁਸੀਂ ਜੋ ਮੋਡਿਲੀ ਜਾਣਕਾਰੀ ਹੈ ਇਤਿਹਾਸ ਦੇ ਬਾਰੇ ਇਹ ਥੋੜੀ ਟਫ ਸੀਗੀ ਇਹ ਤੁਸੀਂ ਨੋਟ ਕਰ ਲੈਣਾ ਜੋ ਨੈਕਸਟ ਲੈਕਚਰ ਹੋਵੇਗਾ ਉਹਦੇ ਵਿੱਚ ਆਪਾਂ ਸਿੱਖ ਗੁਰੂ ਜਿਹੜੇ ਰਹੇਗੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਸਿੱਖ ਮਿਸਲਾਂ ਤੇ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਿਹੜੀ ਪੂਰਨ ਜਾਣਕਾਰੀ ਹੈ ਨੈਕਸਟ ਲੈਕਚਰ ਦੇ ਵਿੱਚ ਦਿੱਤੀ ਜਾਵੇਗੀ ਸੋ ਪਲੀਜ਼ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ ਤਦ ਤੱਕ ਲਈ ਧੰਨਵਾਦ ਅਤੇ ਆਪਣੇ ਜੋ ਕਮੈਂਟ ਨਹੀਂ ਪਲੀਜ਼ ਆਪਣੀ ਜੋ ਵਿਊਜ਼ ਨੇ ਤੁਹਾਡੇ ਰਿਗਾਰਡਿੰਗ ਵੀਡੀਓ ਦੇ ਜਾਂ ਫਿਰ ਕੋਈ ਕੁਐਸਚਨ ਦੇ ਉਹ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦਿਆ ਕਰੋ ਸੋ ਧੰਨਵਾਦ ਜੀ